हाँ जी गुरदीप सिंह जी, कदों है जी थोड़ा मेरी गैस्ट्रिक बाईपास? मेरा 28 जनवरी ने होया मैडम जी। ठीक है, 8 महीने हो गया ना? हाँ जी 8 महीने हो गए। कितना वेट सीगा थोड़ा ऑपरेशन तो पहला? ऑपरेशन तो पहला 1 क्विंटल 80 किलो। 1 क्विंटल 80 किलो जी हाँ। ठीक है, ते आज कितना है? आज 1 क्विंटल 12 किलो जी। 1 क्विंटल 12? हाँ जी। तकरीबन 70 किलो काट गया ना? काट गया जी हाँ। ठीक है, की प्रॉब्लम आ गई सी ऑपरेशन तो पहला? ਪ੍ਰੇਸ਼ਨ ਤੋਂ ਪਹਿਲਾਂ ਘਰਾੜੇ ਬਹੁਤ ਆਉਂਦੇ ਸੀ, ਤੁਰ ਨਹੀਂ ਹੁੰਦਾ ਸੀਗਾ ਜੀ, ਖੜ ਨਹੀਂ ਹੁੰਦਾ ਸੀ ਅਤੇ ਜਾਣੀ ਨੀਂਦ ਇੰਨੀ ਆਉਂਦੀ ਸੀ, ਕੁਰਸੀ 'ਤੇ ਬੈਠੇ ਬੈਠੇ ਵੀ ਜੇ ਕਿਤੇ ਵੀ ਜਾਣਾ ਤਾਂ ਨੀਂਦ ਆਈ ਜਾਂਦੀ ਸੀਗੀ ਅਤੇ ਤੁਰ ਨਹੀਂ ਹੁੰਦਾ ਸੀਗਾ, ਬਹੁਤ ਪ੍ਰੋਬਲਮ ਜ਼ਿਆਦਾ ਸੀਗੀ। ਹੁਣ ਕਿੰਨਾ ਕੁ ਫਰਕ ਮਹਿਸੂਸ ਕਰ ਰਹੇ ਹੋ ਆਪਣੀ ਲਾਈਫ ਵਿੱਚ? ਹੁਣ ਤਾਂ ਬਹੁਤ ਜ਼ਿਆਦਾ ਮਹਿਸੂਸ ਕਰਦਾ ਜੀ, ਹੁਣ ਤਾਂ ਜਿਹੜੇ ਮੇਰੇ ਮੈਂ ਸਾਰਿਆਂ ਨੂੰ ਪਿੱਛੇ ਤੁਰ ਕੇ ਜਾਂਦਾ ਸੀ, ਹੁਣ ਮੈਂ ਸਾਰਿਆਂ ਨੂੰ ਅੱਗੇ ਜਾ ਰਿਹਾ। ਅੱਛਾ ਹਾਂਜੀ। ਅਤੇ ਹੁਣ ਜਿਹੜੇ ਪਹਿਲਾਂ ਜ਼ਿਆਦਾ ਤੁਰਦੇ ਨਾ, ਜ਼ਿਆਦਾ ਮੈਂ ਤੁਰਦਾ ਜੀ। भार जो घट वीकनेस आ ਉਹਨੀ ਆਉਣ ਗਣੀ, ਆਪਾਂ ਡਾਈਟ ਹੈਲਦੀ ਰੱਖਣੀ ਆ। ਠੀਕ ਹੈ, ਅੰਡਾ ਮੀਟ ਖਾ ਲੈਂਦੇ ਹੋ? ਹਾਂਜੀ ਹਾਂ ਖਾਈਦਾ ਜੀ। ਉਹ ਵੀ ਫਿਰ ਤੁਸੀਂ ਡੇਲੀ ਬੇਸਿਸ ਤੇ ਲੈਂਦੇ ਰਹੋ ਤਾਂ ਕੋਈ ਕਮਜ਼ੋਰੀ ਨਾ ਆਵੇ। ਹਾਂਜੀ। ਔਰ ਮਲਟੀਵਿਟਾਮਿਨਸ ਵੀ ਲੈ ਰਹੇ ਹੋ ਤੁਸੀਂ? ਹਾਂਜੀ ਹਾਂਜੀ ਹਾਂ। ਉਹ ਵੀ ਤੁਸੀਂ ਰੈਗੂਲਰ ਰੱਖਣੇ ਤਾਂ ਕੋਈ ਡੈਫੀਸ਼ੀਐਂਸੀ ਨਾ ਆਵੇ। ਹਾਂਜੀ। ਸਾਲ ਵਿੱਚ ਇੱਕ ਵਾਰ ਤੁਸੀਂ ਆਪਣੇ ਬਲੱਡ ਦੇ ਟੈਸਟ ਜ਼ਰੂਰ ਕਰਵਾਣੇ ਆ। ਠੀਕ ਹੈ। ਤਾਂ ਫਿਰ ਕੋਈ ਡੈਫੀਸ਼ੀਐਂਸੀ ਆਈ ਹੋਵੇ ਤਾਂ ਆਪਣੇ ਪਤਾ ਚੱਲ ਜਾਵੇ। ਠੀਕ ਹੈ। ਓਕੇ ਜੀ, ਥੈਂਕ ਯੂ।